ਲੰਗਰ ਨਾਲ ਪੁਰਖਾਂ ਦੀ ਕਿਰਪਾ ਨਾਲ ਆਪਦੇ ਘਰੇ ਜਿਨ੍ਹਾਂ ਪੁਰਖਾਂ ਦੇ ਉਦੋਂ ਲੰਗਰ ਛਕਿਆ। ਵੱਡੇ ਭਾਈ ਜਗਮੀਰ ਸਿੰਘ ਨੇ ਬੇਨਤੀ ਕੀਤੀ ਕਿ ਮੈਂ ਪੁਰਖੇ ਦਾਸ ਦਾ ਭਾਈ ਚੜਾਈ ਕਰਨ ਲੱਗਾ, ਕਿਰਪਾ ਕਰਕੇ ਦਰਸ਼ਨ ਦੇ। ਛਾਤੀ ਛਾਤੀ ਵਿਸ਼ਵਾਸ ਰਹਿ ਗਏ ਹਨ। ਕਹਿ ਲਗੇ ਚੰਗਾ ਚੱਲ ਭਾਈ, ਕੋਲ ਜਾ ਕੇ ਖੜੇ, ਅੱਖਾਂ ਚ ਪਾਣੀ ਲੱਗ ਰਿਹਾ, ਮੂੰਹ ਚ ਪਾਣੀ ਚੱਲ ਰਿਹਾ, ਨਾਤਾਂ ਖੜੋ ਗਈਆਂ, ਛਾਤੀ ਦੇ ਕੋਈ ਕੋਈ ਲੰਮਾ ਲੰਮਾ ਸਾਹ ਆਉਂਦਾ। ਸੰਤ ਬੜੇ ਪ੍ਰੇਮ ਵਿਚ ਆਏ, ਜਗਮੀਰ ਸਿੰਘ ਨੂੰ ਕਿਹਾ ਗਿਆ ਭਾਈ ਨੂੰ ਫੜ ਕੇ ਖੜਾ ਕਰ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖੋ ਇਹ ਦਾਸ ਦੇ ਖੜਾ ਕਰਨ ਦੇ ਜੋਗ ਨੀ, ਵੇਖ ਲਵੋ। ਦੂਜੀ ਵਾਰੀ ਫਿਰ ਕਹਿ ਬੇਨਤੀ ਕੀਤੀ। ਤੀਜੀ ਵਾਰੀ ਗੁਰੂ ਕੇ ਚਾਰੋ ਆਪ ਇੱਕ ਦੋ ਪਕੜ ਲਿਆ। ਦੂਜੇ ਪਾਸੇ ਦੂਜੇ ਭਾਈ ਨੂੰ ਕਹਿਣ ਲੱਗੇ ਪਕੜ ਕੇ ਖੜਾ ਤਾਂ ਕਰ। ਜਦੋਂ ਖੜਾ ਕੀਤਾ, ਲੱਤਾਂ ਸਵਾਸ ਨੀ ਕੰਮ ਨੀ ਕਰਦੀਆਂ, ਜੋਰ ਨਾਲ ਪਕੜ ਕੇ ਇੱਕ ਬਾਹਰ ਨੂੰ ਤੇ ਆਪਣੇ ਗਲ ਚੋਂ ਸਿਹਰਾ ਲਾ ਕੇ ਨਾ ਘਰੇ ਜਾਂਦੇ ਪਾਇਆ ਸੰਸਕਾਰ ਵਜੋਂ ਉਹ ਭਾਈ ਦੇ ਗਲ ਚ ਪਾ ਦਿੱਤਾ। ਉਸੇ ਵੇਲੇ ਇਸ ਤਰ੍ਹਾਂ ਹੋ ਗਿਆ ਜਿਵੇਂ ਕਦੇ ਕੋਈ ਬਿਮਾਰੀ ਲੱਗੀ ਨੀ ਹੁੰਦੀ। ਸਾਰੇ ਇਹ ਗੁਰੂ ਕੇ ਚਾਰੇ ਇਸ ਗੱਲ ਨੂੰ, ਉਹ ਵੀਰ ਅਤੇ ਦਾਸ ਦਾ ਵੱਡਾ ਭਾਈਆ ਦਾ ਨਾਂ ਜਗਜੀਤ ਸਿੰਘ ਹੈ, ਹੁਣ ਤੱਕ ਉਹ ਜਾਂਦਾ, ਉਹਨਾਂ ਸਾਰਾ ਦੌਰਾ ਨੂੰ ਉਦੋਂ ਮੁੜ ਕੇ ਕਦੇ ਨੀ ਪਿਆ। ਤੇ ਉਹਨੂੰ ਪੁੱਛਿਆ ਜਦੋਂ ਅੱਖਾਂ ਖੁੱਲੀਆਂ ਕਿ ਭਾਈ ਕੋਈ ਦਵਾਈ ਖਾਧੀ ਹੈ? ਹੁਣ ਤੁਹਾਨੂੰ ਕੀ ਪਤਾ, ਮਹਾਂਪੁਰਖ ਕਿਸਮ ਬੋਲਦੇ ਆ, ਕਹਿੰਦੇ ਵੀ ਦਵਾਈਆਂ ਬਹੁਤ ਖਾਧੀਆਂ। ਸੰਤ ਕਹਿੰਦੇ ਅਸੀਂ ਕਹਿੰਦੇ ਖਾਧੀ ਕਿ ਨਹੀਂ ਕਦੇ? ਕਹਿੰਦੇ ਨੇ ਮੈਨੂੰ ਪਤਾ ਨੀ ਲੱਗਾ। ਸੰਤ ਕਹਿੰਦੇ ਕਿ ਸਰਬ ਰੋਗਤਾ ਔਸਤ ਨਾਮ ਵੀ ਜਪਿਆ ਕਿ ਨਹੀਂ? ਕਹਿੰਦੇ ਨੇ ਬਾਣੀ ਕਦੇ ਨੀ ਪੜੀ? ਸੰਤ ਕਹਿੰਦੇ ਪੰਜ ਵਾਰੀਆਂ ਅੰਮ੍ਰਿਤ ਵੇਲੇ ਦੀਆਂ, ਅੱਜ ਵਰਗੀਆਂ ਨਹੀਂ। ਜੋ ਖਬਰਾਂ ਵਿਚ ਲਿਖੀਆਂ ਗਈਆਂ, ਜਪਜੀ ਸਾਹਿਬ ਪੜ੍ਹ ਲਵੋ, ਜਾਨ ਸਾਹਿਬ ਪੜ੍ਹ ਲਵੋ, ਦਸ ਸੋਲੀਆਂ ਵੀ ਪੜ੍ਹਾਈ ਕਰ ਰਹੇ, ਪੜ੍ਹ ਲਓ ਪਾਠ ਮਿਤਰੇਮ, ਇਹ ਤਿੰਨ ਵਾਰੀਆਂ ਅੰਮ੍ਰਿਤ ਵੇਲੇ ਦੀਆਂ ਤੇ ਚੌ ਪੜੀ ਤੇ ਛੇ ਪੌੜੀਆਂ ਆ ਜਾਣਗੀਆਂ ਰਾਤ ਨੂੰ, ਅਲਾ ਰਾਤ ਸਾਹਿਬ ਦੇ ਵਿਚ ਇਹ ਸਾਡੀਆਂ ਪੰਜ ਬਾਣੀਆਂ। ਸੰਤ ਨੀ ਜੇ ਪੜਿਆ ਕਰਦੇ, ਸੰਤ ਪਾਦੇ 36 ਪੌੜੀਆਂ ਸਲੋਕ ਜਪਜੀ ਸਾਹਿਬ, 199 ਪੌੜੀਆਂ ਦਾਸ ਸਾਹਿਬ, ਦਾਸ ਸਰਾਂਗ ਖੁਦ ਸਮੂਹ ਸਥਾਨ ਤੇ ਇਹ ਸਵਈਏ, ਤੇ ਗੁਰੂ ਕੇ ਪਿਆਰੇ 38 ਪੌੜੀਆਂ ਇੱਕ ਸਵਈਆ ਤੇ ਇੱਕ ਦੋਹਰਾ ਚੌਪਈ ਤੇ ਚਾਰੇ ਪੌੜੀਆਂ ਅਨੰਦ ਸਾਹਿਬ। ਇਹ ਪੰਜ ਪੌੜੀਆਂ ਰਾਜ ਸਾਹਿਬ ਸੰਪੂਰਨ ਤੇ ਕੀਰਤਨ ਸੇਵਲਾ ਪਾਠ ਸੱਤ ਵਾਰੀਆਂ ਚਾਰ ਸਜਾ ਪੜਿਆ ਕਰੇ, ਜਿੰਨਾ ਤੇਰੇ ਦਵਾਈ ਖਾਂਦਾ ਰਹੇਗਾ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਰੱਖਣਗੇ।